ਦੁਨੀਆ ਭਰ ਲਈ ਚਿੰਤਾ ਦਾ ਕਾਰਨ ਬਣੀ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਹੁਣ ਨਿੱਜੀ ਹਸਪਤਾਲਾਂ ਨੇ ਵੀ ਆਪਣੇ ਪੱਧਰ ਤੇ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਲੜੀ ਵਿੱਚ ਅੱਜ ਫੋਰਟਿਸ ਹਸਪਤਾਲ ਲੁਧਿਆਣਾ ਵਿਖੇ ਕੋਵਿਸ਼ੀਲਡ ਵੈਕਸੀਨ ਲੱਗਣੀ ਸ਼ੁਰੂ ਹੋਈ, ਜਿਸ ਦਾ ਉਦਘਾਟਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕੀਤਾ। ਇਸ ਮੌਕੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਕੋਰੋਨਾ ਖਿਲਾਫ਼ ਚੱਲ ਰਹੀ ਜੰਗ ਵਿੱਚ ਹਰ ਕੋਈ ਆਪਣੇ ਤਰੀਕੇ ਨਾਲ ਯੋਗਦਾਨ ਦੇ ਰਿਹਾ। ਫੋਰਟਿਸ ਹਸਪਤਾਲ ਲੁਧਿਆਣਾ ਵੀ ਵੈਕਸੀਨੇਸ਼ਨ ਰਾਹੀਂ ਇਸ ਲੜਾਈ ਵਿੱਚ ਸਰਕਾਰ ਦੇ ਪ੍ਰਸ਼ਾਸਨ ਦਾ ਸਹਿਯੋਗ ਕਰ ਰਿਹਾ। ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 7.5 ਲੱਖ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ ਅਤੇ ਫੋਰਟਿਸ ਹਸਪਤਾਲ ਲੁਧਿਆਣਾ ਵਿਖੇ ਵੀ 7,000 ਡੋਜ਼ ਪਹੁੰਚ ਚੁੱਕੀ ਹੈ। ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜਾ ਵੈਕਸੀਨੇਸ਼ਨ ਦਾ ਕੰਮ ਹੈ ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ। ਕੱਲ੍ਹ ਸ਼ਾਮ ਤੱਕ 7.5 ਲੱਖ ਲੋਕ ਜਿਹੜੇ ਨੇ ਵੈਕਸੀਨੇਸ਼ਨ ਲੱਗ ਚੁੱਕੀਆਂ ਨੇ। ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਪ੍ਰਾਈਵੇਟ ਸੈਕਟਰ ਨੇ ਵੀ ਵੈਕਸੀਨੇਸ਼ਨ ਸਟਾਰਟ ਕਰ ਦਿੱਤੀ ਹੈ। 7,000 ਡੋਜ਼ ਵੈਕਸੀਨ ਦੇ ਅੱਜ ਫੋਰਟਿਸ ਹੋਸਪਿਟਲ 'ਚ ਆ ਗਏ ਨੇ, ਜਿਹੜਾ ਕਿ ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਸਥਿਤ ਹੈਗਾ। ਮੈਂ ਇਸ ਹੋਸਪਿਟਲ ਮੈਨੇਜਮੈਂਟ ਦਾ ਜਿਹੜਾ ਇਹ ਕਦਮ ਹੈਗਾ, ਜਿਹੜੀ ਉਹਨਾਂ ਨੇ ਡੋਜ਼ ਅਰੇਂਜ ਕੀਤੀਆਂ ਨੇ, ਮੈਂ ਇਹਦਾ ਸਵਾਗਤ ਕਰਦਾ। ਮੈਂ ਇੱਥੋਂ ਦੇ ਸਟਾਫ ਨੂੰ ਔਰ ਇੱਥੋਂ ਦੀ ਮੈਨੇਜਮੈਂਟ ਨੂੰ ਇਸ ਗੱਲ ਦੀ ਵਧਾਈ ਦਿੰਦਾ। ਇੱਕ ਤਰ੍ਹਾਂ ਨਾਲ ਇਹ ਲੁਧਿਆਣਾ ਵਾਸੀਆਂ ਲਈ ਇੱਕ ਨਵਾਂ ਐਵੇਨਿਊ ਖੁੱਲ੍ਹਿਆ। ਉਹ ਲੋਕ ਜਿਹੜੇ ਕਿ ਅਫੋਰਡ ਕਰ ਸਕਦੇ ਨੇ ਪੇਮੈਂਟ ਕਰਕੇ ਔਰ ਜਲਦੀ ਇੱਥੇ ਆ ਕੇ ਲਗਾਉਣਾ ਚਾਹੁੰਦੇ ਨੇ, ਉਹਨਾਂ ਲਈ ਇੱਕ ਬਹੁਤ ਵੱਡੀ ਸੁਵਿਧਾ ਹੈ। 18 ਤੋਂ 44 ਸਾਲ ਦੇ ਜਿਹੜੇ ਲੋਕ ਨੇ ਜਾਂ 45 ਤੋਂ ਉੱਪਰ ਵਾਲੇ ਵੀ, ਅਗਰ ਉਹ ਇੱਥੇ ਫੋਰਟਿਸ ਆ ਕੇ ਟੀਕਾ ਲਗਵਾਉਣਾ ਚਾਹੁੰਦੇ ਨੇ ਕੋਵਿਡ ਦਾ, ਤਾਂ ਉਹ ਔਨਲਾਈਨ ਘਰੋਂ ਬੈਠ ਕੇ ਸਲੋਟ ਲੈ ਸਕਦੇ ਨੇ ਅਤੇ ਇੱਥੇ ਆ ਸਕਦੇ ਨੇ। ਪਰ ਜੇ ਕੋਈ ਵਾਕ ਇਨ ਕਰਦਾ ਮੌਕੇ 'ਤੇ ਆਉਂਦਾ ਤਾਂ ਉਹਦਾ ਵੀ ਇਹ ਸਲੋਟ ਮੌਕੇ 'ਤੇ ਬੁੱਕ ਕਰਕੇ ਇੰਜੈਕਸ਼ਨ ਲਗਾ ਰਹੇ ਨੇ। ਹਸਪਤਾਲ ਦੇ ਜੋਨਲ ਡਾਇਰੈਕਟਰ ਡਾਕਟਰ ਵਿਸ਼ਵਦੀਪ ਗੋਇਲ ਨੇ ਟੀਕਾਕਰਨ ਕੈਂਪ ਦੇ ਉਦਘਾਟਨ ਮੌਕੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਪ੍ਰਾਈਵੇਟ ਸੈਕਟਰ ਦੇ ਲਈ 18 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਵੈਕਸੀਨ ਉਪਲਬਧ ਕਰਾਉਣ ਵਿੱਚ ਸਫਲ ਹੋਏ ਹਾਂ। ਅੱਜ ਫੋਰਟਿਸ ਹਸਪਤਾਲ ਵਿੱਚ ਕੋਵਿਸ਼ੀਲਡ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਸਿਰਮ ਇੰਸਟੀਚਿਊਟ ਤੋਂ ਵੈਕਸੀਨ ਖਰੀਦ ਕੇ 7,000 ਡੋਜ਼ ਲੈ ਕੇ ਆਏ ਹਾਂ। ਉਹਨਾਂ ਦੱਸਿਆ ਕਿ ਵੈਕਸੀਨ ਲਗਾਉਣ ਲਈ 18 ਤੋਂ 44 ਸਾਲ ਤੱਕ ਦੇ ਲੋਕਾਂ ਨੂੰ ਕੋਵਿਨ ਐਪ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਕਰਾ ਕੇ ਹੀ ਆਉਣਾ ਪਵੇਗਾ, ਜਦਕਿ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਰਜਿਸਟ੍ਰੇਸ਼ਨ ਮੌਕੇ 'ਤੇ ਹੀ ਕਰਕੇ ਉਹਨਾਂ ਨੂੰ ਵੈਕਸੀਨ ਲਗਾਈ ਜਾਵੇਗੀ। ਮੈਂ ਡਾਕਟਰ ਵਿਸ਼ਵਦੀਪ ਗੋਇਲ, ਜ਼ੋਨਲ ਡਾਇਰੈਕਟਰ ਫੋਰਟਿਸ। ਅੱਜ ਇਹ ਬੜੇ ਖੁਸ਼ੀ ਦਾ ਮੌਕਾ ਸਾਡੇ ਵਾਸਤੇ ਕਿ ਜੇ ਅਸੀਂ ਅੱਜ ਪ੍ਰਾਈਵੇਟ ਸੈਕਟਰ ਵਾਸਤੇ 18 ਸਾਲ ਤੋਂ ਉੱਪਰ ਜਿੰਨੇ ਵੀ ਆਪਣੇ ਲੋਕ ਹੈ ਉਹਨਾਂ ਵਾਸਤੇ ਅਸੀਂ ਵੈਕਸੀਨੇਸ਼ਨ ਸਟਾਰਟ ਕੀਤੀ ਹੈ ਅੱਜ। ਅਤੇ ਅੱਜ ਅਸੀਂ ਉਰੇ ਫੋਰਟਿਸ ਦੇ ਵਿੱਚ ਕੋਵਿਸ਼ੀਲਡ ਵੈਕਸੀਨ ਦੇ ਨਾਲ ਅਸੀਂ ਸਟਾਰਟ ਕੀਤਾ ਹੈ। 18 ਸਾਲ ਤੋਂ ਉੱਪਰ ਦੇ ਜਿੰਨੇ ਵੀ ਲੋਕ ਨੇ ਹੁਣ, ਜਿਵੇਂ ਕਿ ਗਵਰਨਮੈਂਟ ਆਫ ਇੰਡੀਆ ਦੀ ਵੀ ਗਾਈਡਲਾਈਨਸ ਅਤੇ ਪੰਜਾਬ ਸਰਕਾਰ ਦਾ ਵੀ ਉਪਰਾਲਾ ਰਿਹਾ ਹੈ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਾਂ ਵੈਕਸੀਨੇਟ ਕਰੀਏ, ਉਸੇ ਡਾਇਰੈਕਸ਼ਨ ਸਾਡਾ ਇਹ ਕਦਮ ਸੀਗਾ ਕਿ ਅਸੀਂ ਕੋਸ਼ਿਸ਼ ਕਰਕੇ ਅਸੀਂ ਵੈਕਸੀਨ ਅਰੇਂਜ ਕੀਤੀ ਹੈ। ਸੀਰਮ ਇੰਸਟੀਟਿਊਟ ਆਫ ਇੰਡੀਆ ਤੋਂ ਅਸੀਂ ਉਹਨੂੰ ਵੈਕਸੀਨ ਮਿਲੀ ਹੈ ਅਤੇ ਅਸੀਂ ਅੱਜ 18 ਸਾਲ ਤੋਂ ਉੱਪਰ ਸਾਰੇ ਜਿੰਨੇ ਵੀ ਲੋਕ ਹੈ ਉਹਨਾਂ ਨੂੰ ਅਸੀਂ ਅੱਜ ਵੈਕਸੀਨੇਸ਼ਨ ਕਰਨ ਦਾ ਪ੍ਰੋਗਰਾਮ ਸਟਾਰਟ ਕੀਤਾ ਹੈ। ਡਾਕਟਰ ਸਾਹਿਬ, ਇਸ ਦੇ ਵਿੱਚ ਹਲੇ ਕਿਹੜੀ ਕਿਹੜੀ ਵੈਕਸੀਨੇਸ਼ਨ ਲੱਗ ਰਹੀ ਹੈ? ਹਾਂਜੀ, ਸਾਡੇ ਕੋਲ ਫਿਲਹਾਲ ਅਜੇ ਕੋਵਿਸ਼ੀਲਡ ਜਿਹੜੀ ਵੈਕਸੀਨ ਹੈ ਸੀਰਮ ਇੰਸਟੀਟਿਊਟ ਦੀ, ਉਹ ਸਾਡੇ ਕੋਲ ਉਪਲਬਧ ਹੈ ਅਤੇ ਅਸੀਂ ਸਾਡਾ ਉਪਰਾਲਾ ਹੈ ਕਿ ਜੀ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਵੋ ਕੋਵੈਕਸੀਨ ਜਿਹੜੀ ਹੈ ਭਾਰਤ ਬਾਇਓਟੈਕ ਵਾਲੀ ਉਹ ਵੀ ਅਸੀਂ ਅਰੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਬਟ ਫਿਲਹਾਲ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ ਜਿਹੜੀ ਕੋਵਿਸ਼ੀਲਡ ਵੈਕਸੀਨ ਅਵੇਲੇਬਲ ਹੈ। ਕਿੰਨੀ ਡੋਜ਼ ਆਈ ਆਪਣੇ ਕੋਲ ਡਾਕਟਰ? ਇਹ ਸਾਡੇ ਕੋਲ ਅਜੇ ਫਿਲਹਾਲ 7,000 ਡੋਜ਼ ਜਿਹੜੀਆਂ ਆਈਆਂ ਨੇ ਅਤੇ ਸਾਡਾ ਕੋਸ਼ਿਸ਼ ਰਹੂਗੀ ਕਿ ਅਸੀਂ ਹੋਰ ਵੀ ਜ਼ਿਆਦਾ ਕਰੀਏ। ਅਸੀਂ ਧੰਨਵਾਦ ਦਿੰਦੇ ਹਾਂ ਡੀਸੀ ਸਾਹਿਬ ਦਾ, ਲੁਧਿਆਣਾ ਸਾਹਿਬ, ਉਹਨਾਂ ਨੇ ਕਿ 10,000 ਵੈਕਸੀਨ ਸਾਨੂੰ ਹੋਰ ਐਡੀਸ਼ਨਲ ਸੀਰਮ ਇੰਸਟੀਟਿਊਟ ਤੋਂ ਅਰੇਂਜ ਕਰਾ ਕੇ ਦਿੱਤੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਸੇ ਹਫਤੇ ਸਾਡੇ ਕੋਲ 10,000 ਡੋਜ਼ ਹੋਰ ਆ ਜਾਣਗੀਆਂ ਅਤੇ ਅਸੀਂ ਇਸ ਪ੍ਰੋਸੈਸ ਨੂੰ ਹੋਰ ਅੱਗੇ ਤੱਕ ਲਿਜਾ ਸਕਾਂਗੇ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨੇਟ ਕਰਾਂਗੇ। ਇਹਦੇ ਚਾਰਜਸ ਕੀ ਰੱਖੇ ਗਏ ਨੇ ਡਾਕਟਰ ਸਾਹਿਬ? ਇਹਦੇ ਚਾਰਜਸ ਅਸੀਂ ਬੜੇ ਨੋਮੀਨਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਉਂਕਿ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਗਵਰਨਮੈਂਟ ਵੱਲੋਂ ਰੇਟ ਫਿਕਸ ਕੀਤਾ ਗਿਆ ਕਿ ਪ੍ਰਾਈਵੇਟ ਸੈਕਟਰ ਨੂੰ 650 ਰੁਪਏ ਦੀ ਕੋਵਿਸ਼ੀਲਡ ਵੈਕਸੀਨ ਮਿਲਦੀ ਹੈ ਅਤੇ ਹਸਪਤਾਲ ਵੱਲੋਂ ਕੇਵਲ 200 ਰੁਪਏ ਦਾ ਜਿਹੜਾ ਹੈ ਕਿ ਹੈਂਡਲਿੰਗ ਚਾਰਜਸ ਦਿੱਤੇ, ਜਿਹਦੇ 'ਚ ਸਾਡਾ ਸਟਾਫ ਦਾ ਖਰਚਾ, ਸਾਡੇ ਹੈਂਡਲਿੰਗ ਚਾਰਜਸ, ਲੋਜਿਸਟਿਕਸ 'ਤੇ ਕਰ ਜਾਂਦੇ ਅਤੇ ਟੋਟਲ 850 ਰੁਪਏ ਦੇ ਵਿੱਚ ਜਿਹੜੀ ਇਹ ਵੈਕਸੀਨ ਹੈ ਆਮ ਜਨਤਾ ਨੂੰ ਲਗਾਈ ਜਾਏਗੀ। ਲੁਧਿਆਣਾ ਤੋਂ ਦਲਜੀਤ ਵਿੱਕੀ ਦੀ ਰਿਪੋਰਟ, ਦਾ ਸਮਰ ਨਿਊਜ਼।